ਕੈਨੇਡਾ ਦੇ ਸ਼ਹਿਰ ਮੋਂਟਰੀਅਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਪਾਦਰੀ ਉੱਤੇ ਇੱਕ ਵਿਅਕਤੀ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਘਟਨਾ ਮੋਂਟਰੀਅਲ ਦੀ ਸੈਂਟ ਜੋਸਫ ਅਲਟਰੀਚ ਵਾਪਰੀ। ਫਾਦਰ ਕਲੌਡ ਗਰੋ ਅਜੇ ਸਵੇਰ ਦੀ ਪ੍ਰਾਰਥਨਾ ਖਤਮ ਕਰਕੇ ਹਟੇ ਹੀ ਸੀ ਕਿ ਉਸੇ ਵੇਲੇ ਸਭਾ 'ਚ ਖੜਾ ਇੱਕ ਵਿਅਕਤੀ ਅੱਗੇ ਵਧਿਆ ਤੇ ਉਸਨੇ ਉਹਨਾਂ ਦੀ ਛਾਤੀ 'ਚ ਛੁਰਾ ਖੋਭ ਦਿੱਤਾ। ਇਸ ਘਟਨਾ ਤੋਂ ਬਾਅਦ ਪ੍ਰਾਰਥਨਾ 'ਚ ਮੌਜੂਦ ਲੋਕਾਂ 'ਚ ਹਫੜਾ ਦਫੜੀ ਮਚ ਗਈ। ਹਮਲਾ ਕਰਨ ਵਾਲੇ ਵਿਅਕਤੀ ਨੂੰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਤੁਰੰਤ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਦਕਿ ਜ਼ਖਮੀ ਪਾਦਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੇ ਮੌਜੂਦ ਚਸ਼ਮਦੀਦ ਇਸ ਘਟਨਾ ਨੂੰ ਦੇਖ ਕੇ ਹੱਕੇ ਬੱਕੇ ਰਹਿ ਗਏ। ਚਸ਼ਮਦੀਦਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਪਹਿਲਾਂ ਕਦੇ ਵੀ ਇਸ ਵਿਅਕਤੀ ਨੂੰ ਉੱਥੇ ਨਹੀਂ ਸੀ ਦੇਖਿਆ। ਉਹਨਾਂ ਮੁਤਾਬਕ ਉਹ ਬਹੁਤ ਤੇਜ਼ੀ ਦੇ ਨਾਲ ਪਾਦਰੀ ਦੇ ਵੱਲ ਵਧਿਆ ਤੇ ਉਸਨੇ ਆਪਣੇ ਛੁਰੇ ਦੇ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਚੀਖ ਕੇ ਸੁਰੱਖਿਆ ਕਰਮੀਆਂ ਨੂੰ ਬੁਲਾਇਆ, ਜਿਨ੍ਹਾਂ ਨੇ ਤੁਰੰਤ ਉਸ ਨੂੰ ਕਾਬੂ ਵੀ ਕਰ ਲਿਆ। ਚਸ਼ਮਦੀਦਾਂ ਮੁਤਾਬਕ ਪਾਦਰੀ ਦੇ ਜ਼ਖਮ ਜਾਨਲੇਵਾ ਨਹੀਂ ਨੇ, ਕਿਉਂਕਿ ਹਮਲਾਵਰ ਦਾ ਚਾਕੂ ਟੁੱਟਿਆ ਹੋਇਆ ਸੀ। ਫਿਲਹਾਲ ਪੁਲਿਸ ਇਸ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਜੱਜ ਨੇ ਲੀਸਾ ਬੈਡਸਟੋਨ ਨੂੰ ਸੈਕਿੰਡ ਡਿਗਰੀ ਮਰਡਰ ਦੇ ਵਿੱਚ ਦੋਸ਼ੀ ਐਲਾਨਿਆ, ਜਿਸ ਉੱਤੇ 2014 ਵਿੱਚ ਆਪਣੀ ਹੀ 8 ਸਾਲਾ ਬੇਟੀ ਦੇ ਕਤਲ ਦੇ ਇਲਜ਼ਾਮ ਲੱਗੇ ਸਨ। ਬੈਡਸਟੋਨ ਦੀ ਬੇਟੀ ਦੀ ਲਾਸ਼ ਉਸਦੀ ਗੱਡੀ ਦੀ ਡਿੱਗੀ 'ਚੋਂ ਮਿਲੀ ਸੀ, ਜਿਸ ਤੋਂ ਬਾਅਦ ਉਸ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ। ਅਦਾਲਤ ਨੂੰ ਪਤਾ ਲੱਗਿਆ ਕਿ 8 ਸਾਲਾ ਬੱਚੀ ਨੂੰ ਦਸੰਬਰ 2014 ਵਿੱਚ ਬੱਚੀ ਦੇ ਮੂੰਹ ਨੂੰ ਪਲਾਸਟਿਕ ਦੇ ਲਿਫਾਫੇ ਦੇ ਨਾਲ 4 ਤੋਂ 5 ਮਿੰਟ ਤੱਕ ਘੁੱਟ ਕੇ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਕੁਝ ਆਡੀਓਜ਼ ਤੇ ਵੀਡੀਓਜ਼ ਦਿਖਾਈਆਂ ਗਈਆਂ, ਜਿਨ੍ਹਾਂ ਵਿੱਚ ਬੱਚੀ ਦੀ ਮਾਂ ਕਹਿ ਰਹੀ ਸੀ ਕਿ ਉਹ ਆਪਣੀ ਬੱਚੀ ਨੂੰ ਜੀਸਸ ਦੇ ਕੋਲ ਭੇਜਣਾ ਚਾਹੁੰਦੀ ਹੈ। ਇਨ੍ਹਾਂ ਰਿਕਾਰਡਿੰਗਸ ਨਾਲ ਮਾਮਲੇ ਨੂੰ ਸੁਲਝਾਉਣ ਲਈ ਅਹਿਮ ਸਬੂਤਾਂ ਦੇ ਵਜੋਂ ਇਨ੍ਹਾਂ ਦੀ ਵਰਤੋਂ ਕੀਤੀ ਗਈ, ਜਿਸ ਤੋਂ ਬਾਅਦ ਸਾਬਤ ਹੋਇਆ ਕਿ ਉਸਨੇ ਆਪਣੀ ਬੇਟੀ ਨੂੰ ਜਾਣ ਬੁੱਝ ਕੇ ਕਤਲ ਕੀਤਾ ਸੀ। ਔਰਤ ਨੇ ਅਦਾਲਤ ਵਿੱਚ ਕਿਹਾ ਕਿ ਉਹ ਸਿਰਫ ਇਹ ਚਾਹੁੰਦੀ ਸੀ ਕਿ ਉਹ ਤੇ ਉਸਦੀ ਬੇਟੀ ਸਵਰਗ ਵਿੱਚ ਚਲੇ ਜਾਣ। ਬੈਡਸਟੋਨ ਨੂੰ ਸੁਣਵਾਈ ਦੌਰਾਨ ਦਿਮਾਗੀ ਤੌਰ ਤੇ ਤੰਦਰੁਸਤ ਪਾਇਆ ਗਿਆ, ਜਦਕਿ ਉਸਦੇ ਵਕੀਲ ਦਾ ਕਹਿਣਾ ਸੀ ਕਿ ਉਸਦੀ ਕਲਾਇੰਟ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ, ਜਦਕਿ ਬੈਡਸਟੋਨ ਨੂੰ ਪਤਾ ਸੀ ਕਿ ਉਹ ਜੋ ਵੀ ਕਰ ਰਹੀ ਹੈ ਉਹ ਗਲਤ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਚੇਨਸ ਬ੍ਰਾਂਡ ਦੇ ਪਬ ਸਟਾਈਲ ਚਿਕਨ ਨਗੇਟਸ ਨੂੰ ਮਾਰਕੀਟ ਤੋਂ ਵਾਪਸ ਮੰਗਵਾ ਲਿਆ। ਏਜੰਸੀ ਦਾ ਕਹਿਣਾ ਹੈ ਕਿ ਇਹਨਾਂ ਵਿੱਚ ਸੈਲਮੋਲੇਨਾ ਵਾਇਰਸ ਦੀ ਮੌਜੂਦਗੀ ਹੋ ਸਕਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। 800 ਗ੍ਰਾਮ ਦੀ ਪੈਕਿੰਗ ਵਾਲੇ ਚਿਕਨ ਨਗੇਟ ਵਾਪਸ ਮੰਗਵਾਏ ਗਏ ਨੇ, ਜੋ ਕਿ 15 ਦਸੰਬਰ 2019 ਤੱਕ ਖਾਣ ਯੋਗ ਸਨ। ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਚਿਕਨ ਨਗੇਟਸ ਦੀ ਖਰੀਦ ਤੋਂ ਪਹਿਲਾਂ ਇੰਨਾ ਜ਼ਰੂਰ ਦੇਖ ਲੈਣ ਕਿ ਕਿਤੇ ਉਹੀ ਖਾਣਾ ਤਾਂ ਨਹੀਂ ਖਰੀਦ ਰਹੇ ਜੋ ਮਾਰਕੀਟ ਤੋਂ ਵਾਪਸ ਮੰਗਵਾਇਆ ਗਿਆ। ਜੇਕਰ ਲੋਕਾਂ ਨੇ ਇਹ ਚਿਕਨ ਨਗੇਟ ਖਰੀਦ ਵੀ ਲਏ ਨੇ ਜਾਂ ਫਿਰ ਪਹਿਲਾਂ ਖਰੀਦ ਕੇ ਰੱਖੇ ਹੋਏ ਨੇ ਤਾਂ ਉਹਨਾਂ ਨੂੰ ਵਾਪਸ ਕਰ ਦੇਣ ਜਾਂ ਫਿਰ ਸੁੱਟ ਦੇਣ। ਜ਼ਿਕਰਯੋਗ ਹੈ ਕਿ ਮਾਰਕੀਟ ਵਿੱਚੋਂ ਵਾਪਸ ਮੰਗਵਾਇਆ ਗਿਆ ਸੋਫੀਨਾ ਫੂਡ ਕੰਪਨੀ ਦਾ ਇਹ ਕੋਈ ਪਹਿਲਾ ਪ੍ਰੋਡਕਟ ਨਹੀਂ ਹੈ। ਇਸ ਤੋਂ ਪਹਿਲਾਂ ਵੀ 2 ਫਰੋਜ਼ਨ ਪ੍ਰੋਡਕਟ ਵਾਪਸ ਮੰਗਵਾਏ ਜਾ ਚੁੱਕੇ ਨੇ, ਜੋ ਮਾਰਕੀਟ ਵਿੱਚ ਵੱਖ ਵੱਖ ਬ੍ਰਾਂਡਸ ਦੇ ਨਾਮ ਹੇਠ ਵਿਕ ਰਹੇ ਸਨ। ਕ੍ਰਿਸਪ ਐਂਡ ਡਿਲੀਸ਼ੀਅਸ ਬ੍ਰਾਂਡ ਦੇ ਤਹਿਤ 2 ਵਾਰ ਚਿਕਨ ਨਗੇਟਸ ਦੀਆਂ 2 ਪੈਕਿੰਗਸ ਨੂੰ ਵਾਪਸ ਮੰਗਵਾਇਆ ਜਾ ਚੁੱਕਿਆ ਹੈ। ਸੋਫੀਨਾ ਫੂਡਸ ਦੇ ਪ੍ਰੋਡਕਟ ਸਾਰੇ ਕੈਨੇਡਾ ਦੇ ਵਿੱਚ ਵੇਚੇ ਜਾਂਦੇ ਨੇ। ਏਜੰਸੀ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹ ਇਹਨਾਂ ਚਿਕਨ ਨਗੇਟਸ ਨੂੰ ਖਾਣ ਤੋਂ ਬਾਅਦ ਬਿਮਾਰ ਹੋਇਆ ਤਾਂ ਤੁਰੰਤ ਡਾਕਟਰ ਕੋਲ ਜਾਵੇ। ਇਸ ਵਾਇਰਸ ਦੇ ਨਾਲ ਸਿਰ ਦਰਦ, ਬੁਖਾਰ ਤੇ ਪੇਟ ਖਰਾਬ ਹੋ ਸਕਦਾ ਹੈ, ਇਸ ਕਰਕੇ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਕਿਹਾ ਜਾ ਰਿਹਾ ਹੈ। ਬੀਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਕਿਹਾ ਕਿ ਪ੍ਰੋਵਿੰਸ ਵਿੱਚ ਇਸ ਸਮੇਂ ਫਲੂ ਫੈਲਿਆ ਹੋਇਆ ਹੈ। ਏਜੰਸੀ ਨੇ ਕਿਹਾ ਕਿ ਜ਼ਿਆਦਾ ਮਾਮਲੇ ਇਨਫਲੂਐਂਜ਼ਾ ਏ ਸਟ੍ਰੇਨ ਦੇ ਨੇ, ਜਦਕਿ ਇਨਫਲੂਐਂਜ਼ਾ ਬੀ ਦੀ ਮੌਜੂਦਗੀ ਘੱਟ ਹੈ। BCCDC ਨੇ ਇਹ ਅੰਕੜਾ ਜਾਰੀ ਕੀਤਾ ਹੈ ਕਿ ਜਿਸ ਤਹਿਤ ਹਫ਼ਤੇ ਮੁਤਾਬਕ ਫਲੂ ਦੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਮੁਤਾਬਕ ਪਿਛਲੇ 3 ਹਫ਼ਤਿਆਂ ਦਰਮਿਆਨ ਫਲੂ ਦੇ ਮਾਮਲਿਆਂ ਵਿੱਚ 50% ਤੱਕ ਦਾ ਵਾਧਾ ਹੋਇਆ। ਅਕਤੂਬਰ ਤੋਂ ਬਾਅਦ ਜ਼ਿਆਦਾਤਰ ਫਲੂ ਦੇ ਜੋ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਵਿੱਚ ਇਨਫਲੂਐਂਜ਼ਾ ਏ ਦੀ ਮੌਜੂਦਗੀ ਹੈ, ਜਿਨ੍ਹਾਂ ਵਿੱਚ 76% H1N1 ਸਟ੍ਰੇਨ ਦੇ ਮਾਮਲੇ ਸਨ, ਪਰ ਪਿਛਲੇ ਹਫ਼ਤੇ 75% ਮਾਮਲੇ H3N2 ਦੇ ਸਾਹਮਣੇ ਆਏ ਨੇ। 2018-19 ਦਰਮਿਆਨ ਨਵੇਂ ਸਾਲ ਮੌਕੇ ਫਲੂ ਦੇ ਮਾਮਲੇ ਸਭ ਤੋਂ ਜ਼ਿਆਦਾ ਸਨ। ਸਿਹਤ ਵਿਭਾਗ ਨੇ ਫਲੂ ਤੋਂ ਬਚਣ ਲਈ ਨਾਗਰਿਕਾਂ ਨੂੰ ਕਈ ਹਦਾਇਤਾਂ ਵੀ ਦਿੱਤੀਆਂ ਨੇ, ਜਿਸ ਵਿੱਚ ਸਭ ਤੋਂ ਜ਼ਰੂਰੀ ਪਬਲਿਕ ਥਾਵਾਂ ਤੇ ਜਾਣ ਤੋਂ ਬਾਅਦ ਹੱਥ ਧੋਣੇ ਤੇ ਫਲੂ ਦੇ ਸ਼ਿਕਾਰ ਹੋਏ ਵਿਅਕਤੀ ਤੋਂ ਦੂਰੀ ਬਣਾ ਕੇ ਰੱਖਣਾ ਹੈ।